ਹੈਲੋ ਐਂਡ ਵੈਲਕਮ ਗਾਇਸ, ਕੀ ਹਾਲ ਚਾਲ ਹੈ ਬਾਬੇ? ਠੀਕ ਠਾਕ ਹੋ? ਸਿੱਧਾ ਕਹਿ ਰਹੇ ਬਾਬੇ, ਵੈਲਕਮ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਪ੍ਰਿੰਜਲ 98 ਵਲੌਗ 'ਤੇ। ਬਾਕੀ ਬਾਬੇ ਉਹ ਲੱਗਿਆ ਰੋਟੀ ਖਾਣ, ਦੁਪਹਿਰ ਦਾ ਟਾਈਮ ਹੋਇਆ ਸੀ, ਭਟੂਰੇ ਮੰਗਵਾਏ ਨੇ। ਅਤੇ ਹਾਂਜੀ ਏਕਮ ਜੀ, ਆਲ ਗੁੱਡ ਆ। ਅਤੇ ਬਾਕੀ ਮਿੱਤਰੋ ਇੱਕ ਵਾਰ ਤੁਹਾਨੂੰ ਬਾਹਰ ਦਾ ਵੀ ਦਿਖਾ ਦਿੰਦੇ ਹਾਂ। ਆਪਣੇ ਅੱਗੇ ਅੱਜ ਗੁਲਗੁਲੇ ਬਣਨ, ਤੁਸੀਂ ਕੀ ਕਿਆ ਹੋ ਰਿਹਾ? ਅਤੇ ਮਿੱਤਰੋ ਬਾਕੀ ਗੁਲਗੁਲਿਆਂ ਦਾ ਸਮਾਨ ਰੈਡੀ ਹੈ, ਇਹ ਵੀ ਦੱਸ ਦਾਂਗੇ ਤੁਹਾਨੂੰ ਕਿਉਂ ਬਣਾਉਣ ਲੱਗਿਆ। ਜੇ ਗੁਲਗੁਲੇ ਤਿਆਰ ਆ ਬਸ ਕੰਮ, ਬਾਕੀ ਬਾਹਰ ਤੁਹਾਨੂੰ ਦਿਖਾ ਦਿੰਦੇ ਹਾਂ। ਬਾਹਰ ਤੁਹਾਨੂੰ ਦਿਖਾਉਂਦੇ ਹਾਂ, ਬਾਹਰ ਆਪਣੇ ਡੈਕੋਰੇਸ਼ਨ ਦਾ ਕੰਮ ਚੱਲੀ ਜਾਂਦਾ। ਇਹ ਕਿਉਂ ਆ? ਸਰਪ੍ਰਾਈਜ਼ ਆ ਬਾਬੇ, ਵਿਆਹ ਹੈ ਕਿਹਦਾ, ਇਹ ਵੀ ਤੁਹਾਨੂੰ ਟਾਈਮ ਨਾਲ ਹੀ ਦੱਸ ਦਾਂਗੇ। ਅਤੇ ਬਾਕੀ ਮੌਸਮ ਵੀ ਅੱਜ ਇੱਦਾਂ ਹੀ ਹੋਇਆ ਵਾ। ਅਤੇ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਸਰਪ੍ਰਾਈਜ਼ ਆ। ਰੋਟੀ ਖਾ ਲਈਏ, ਡੈਡੀ ਆ ਗਏ, ਡੈਡੀ ਆ ਗਏ। ਜੱਸੀ ਮਾੜਾ ਜਾ ਕਰੀ ਸਮਾਨ ਭਰਵਾ ਦੇ, ਨਹੀਂ ਮਾੜਾ ਜਾ, ਡੈਡੀ ਆ ਗਏ ਸਮਾਨ ਭਰਵਾ। ਅਤੇ ਮਿੱਤਰ ਰੋਟੀ ਖਾ ਲਈਏ, ਸਰਪ੍ਰਾਈਜ਼ ਦਾ ਦੱਸਦੇ ਹਾਂ ਅੱਗੇ ਵਿਆਹ ਹੈ ਕਿਹਦਾ, ਬਾਕੀ ਤੁਸੀਂ ਗੈਸ ਕਰੋ। ਬਾਕੀ ਬਾਬੇ ਉਹ ਕਈ ਬੰਦੇ ਕਹਿਣਗੇ ਘਰੇ ਕੁਛ ਖਾਂਦੇ ਨੇ, ਘਰੇ ਕੁਛ ਖਾਂਦੇ ਨੇ, ਮੋਟਾ ਫਲਾਣਾ ਢਮਕਾਣਾ ਬੜਾ ਕੁਛ ਕਹਿੰਦੇ ਨੇ ਲੋਕ। ਸੋ ਇੱਕ ਗੱਲ ਦਾ ਪ੍ਰਾਊਡ ਕਰਦੇ ਹਾਂ ਕਿ ਆਪਾਂ ਨਸ਼ੇ ਪੱਤੇ, ਖਾਣਾ ਪੀਣਾ, ਦਾਰੂ ਟੱਪਾ, ਇਹੋ ਜਿਹੇ ਤੋਂ ਬਾਬੇ ਆਪਣਾ ਪਰਹੇਜ਼ ਆ। ਸੋ ਅਸੀਂ ਆਪਣੇ ਆਪ ਨੂੰ ਚੰਗਾ ਮੰਨਦੇ ਹਾਂ, ਕੋਈ ਡਜ਼ਨ ਨੋਟ ਮੈਟਰ ਯਾਰ ਵੀ ਆਪਾਂ ਫਾਸਟ ਫੂਡ ਬਾਹਰ ਦਾ ਖਾਂਦੇ ਹਾਂ, ਡਜ਼ਨ ਨੋਟ ਮੈਟਰ ਬ੍ਰੋ। ਬਟ ਆਪਾਂ ਇਹੋ ਜਿਹੀ ਚੀਜ਼ਾਂ ਤੋਂ ਬਹੁਤ ਪਰਹੇਜ਼ ਕਰਦੇ ਹਾਂ, ਖਾਣਾ ਪੀਣਾ, ਦਾਰੂ, ਨਸ਼ੇ ਪੱਤੇ, ਇਹਨਾਂ ਚੀਜ਼ਾਂ ਤੋਂ ਰੱਬ ਬਚਾ ਕੇ ਰੱਖੇ, ਚੰਗੀ ਗੱਲ। ਅਤੇ ਥੈਂਕ ਯੂ ਸੋ ਮਚ, ਬਾਕੀ ਲੱਗਿਆ ਖਾਣਾ। ਮਿੱਤਰੋ ਫਾਈਨਲੀ ਬੰਨ ਵਾਲਾ ਕੰਮ ਆਪਣਾ ਔਖੇ ਹੋ ਗਿਆ, ਅਤੇ ਨੈਕਸਟ ਵਲੋਗ ਬਾਬੇ ਉਹ ਇਹ ਵਲੋਗ ਆਪਾਂ ਇੱਥੇ ਐਂਡ ਕਰਨ ਲੱਗੇ ਹਾਂ। ਅਤੇ ਕੱਲ੍ਹ ਮੇਲ ਪਰਸੋਂ ਗਿਆ, ਹੁਣ ਕੋਈ ਸਰਪ੍ਰਾਈਜ਼ ਨਹੀਂ ਰਿਹਾ। ਅਤੇ ਇਹ ਵਲੋਗ ਆਪਾਂ ਬਾਬੇ ਉਹ ਕਰਾਂਗੇ ਤਾਂ ਮਤਲਬ ਐਡਿਟ ਕਰ ਦੇਣੇ ਮੈਂ ਸਾਰੇ, ਜੋ ਵੀ ਆਪਾਂ ਅਪਲੋਡ ਕਰਾਂਗੇ ਉਹ ਕਰਾਂਗੇ ਆਪਾਂ ਵਿਆਹ ਤੋਂ ਬਾਅਦ ਹੀ ਅਪਲੋਡ ਕਰਾਂਗੇ ਫਿਲਹਾਲ, ਕਿਉਂਕਿ ਹਲੇ ਐਡੀਟਿੰਗ ਦਾ ਵੀ ਟਾਈਮ ਘੱਟ ਹੀ ਆ ਵਿਆਹ ਕਰਕੇ। ਅਤੇ ਜੱਸੀ ਓਕੇ ਆ? ਸੈਟਿੰਗ ਬਾਹਰ ਕਿਵੇਂ ਸਾਰੀ? ਉਹ ਤਾਂ ਠੀਕ ਹੈ, ਮੈਂ ਇੱਕ ਵਾਰ ਸ਼ਾਰਟ ਤੋਂ ਲੈ ਆਇਆ ਮੈਂ ਲਾਦਾ ਨਾ, ਤੇ ਸਾਰਾ ਸੈਟਿੰਗ ਡਨ ਹੋ ਗਈ, ਟੈਂਟ ਟੁੰਟ ਵਾਲਾ ਸਾਰਾ ਨਿਬੜ ਗਿਆ, ਬਸ ਟਿਕਲਾ ਟੈਂਟ ਰਹਿ ਗਿਆ ਲਾਉਣ ਨੂੰ, ਉਧਰ ਲਾ ਕੇ ਸਗੇ ਤੇ ਲੱਗ ਗਿਆ, ਟੈਂਟ ਲੈ ਗਿਆ ਉੱਪਰ ਲਾਉਣਾ। ਬਾਕੀ ਡੈਕੋਰੇਸ਼ਨ ਵਾਲਾ ਸਾਰਾ ਡਨ, ਸਾਰਾ ਸਹੀ ਆ, ਦੇਖਦਾ ਬਾਕੀ ਜੱਤ ਦੇਖ ਲਾ, ਮੈਂ ਬਾਹਰ ਨਹੀਂ ਜਾਣਾ, ਮੈਂ ਦੇਖਾ ਲਾਂ ਨਾ। ਹਾਂ ਤੂੰ ਦਿਖਾ ਦੀ ਇੱਕ ਮਿੰਟ, ਤਾਂ ਵੀਡੀਓ ਵੀ ਤੁਹਾਡੇ ਨਾਲ ਐਡ ਕਰ ਦਾਂਗੇ ਬਾਬੇ,
ਤੇ ਬਾਕੀ ਇਹ ਬਲੋਗ ਆਪਾਂ ਐਂਡ ਕਰਨ ਲੱਗਿਆ, ਮਿਲਦੇ ਆ ਕਿਸੇ ਨੈਕਸਟ ਬਲੋਗ 'ਚ। ਟਿਲ ਦੈਨ ਬਾਏ ਬਾਏ, ਟੇਕ ਕੇਅਰ, ਥੈਂਕ ਯੂ ਸੋ ਮੱਚ। ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ, ਬਾਕੀ ਤੁਹਾਡੀ ਵਿਸ਼ਿਸ਼ ਜ਼ਰੂਰ ਚਾਹੀਦੀਆਂ ਨੇ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਥੈਂਕ ਯੂ ਸੋ ਮੱਚ, ਮਿਲਦੇ ਆ ਕਿਸੇ ਨੈਕਸਟ ਬਲੋਗ। ਥੈਂਕ ਯੂ ਸੋ ਮੱਚ।